ਕਰ ਰਿਹਾ ਇਸ ਦੇ ਸੈਂਟਰ ਦੇ ਵਿਚਾਲੇ ਆਲੇ ਦੁਆਲਿਓ 15-15 ਫੁੱਟ ਜਗ੍ਹਾ ਛੱਡ ਕਰਕੇ ਚਾਰ ਚੁਫੇਰਿਓਂ ਗੁਰੂ ਰਵਿਦਾਸ ਜੋ ਅਸਥਾਨ ਹੈ ਗੁਰਦੁਆਰਾ ਸਾਰਾ ਚਾਰ ਚੁਫੇਰਾ 15-15 ਸੁੱਟ ਕੇ ਅਤੇ ਵਿਚਾਲੇ ਵਿਚਾਲੇ ਜੋ ਜੰਗਲਾ ਹੈ ਇਹ ਪੈਰ 5.5 ਇੰਚੀ 'ਤੇ ਇਹ ਪ੍ਰੋਗ ਦਿੱਤਾ ਜਾਵੇਗਾ ਚਾਰ ਸਵੇਰੇ ਜਿੱਥੋਂ ਕਿ ਬੱਚੇ ਨਾ ਕਿ ਵਿੱਚ ਲੰਘਣ ਨਾ ਉੱਪਰ ਟੱਪਣ ਨਾ ਵਿਚਾਲੇ ਜਾਣ ਨਾ ਸ਼ਰਾਰਤਾਂ ਕਰਨ ਅਤੇ ਸਾਡਾ ਵੀ ਭਰਾ ਅਤੇ ਸੰਗਤਾਂ ਦਾ ਵੀ ਭਰਾ ਸੰਗਤਾਂ ਤੋਂ ਡਰਨ ਦੇ ਵਾਸਤੇ ਬੱਚਿਆਂ ਤੋਂ ਇਹ ਵਿਚਾਲੇ ਜਿਹੜੀ ਸੇਵਾ ਕਰ ਰਹੇ ਹਾਂ ਇਹ ਸੇਵਾ ਸਾਰੀ ਦੀ ਸਾਰੀ ਸਰਜੀਤ ਰੂਪ ਜੀ ਕਾਲ ਸਮਾਨ ਸਨ ਅਰਜ ਸਮਾਨ ਸਨ ਕਮਾਈ ਨੂੰ ਸਫਲਾ ਕਰਦੇ ਹੋਏ ਇਸ ਤਰ੍ਹਾਂ ਉਹਨਾਂ ਨੇ ਸੇਵਾ ਕੀਤੀ ਹੈ ਇਸ ਤੋਂ ਬਾਅਦ ਨਾਲ ਹੀ ਇੱਕ ਮੂਵੀ ਹੋਰ ਭੇਜ ਰਿਹਾ ਜਿਹੜਾ ਕਿ ਉਹਦੇ ਵਿੱਚ ਇੰਟਰਲੋਕ ਕੰਪਨੀ ਜੋ ਕਿ ਖੋਲ੍ਹਣ ਵਿੱਚ ਸਰਦਾਰ ਅਮਰਜੀਤ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ ਲੱਖਾਂ ਦੇ ਹਿਸਾਬ ਨਾਲ ਡੇਰੇ ਦਾ ਜਲ ਪਾਣੀ ਚੱਲਦਾ ਰਹੇ ਔਰ ਸੰਤ ਜਸਵਿੰਦਰ ਪਾਲ ਜੀ ਸੰਤ ਮੋਹਨ ਜੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਡੇਰੇ ਵੱਲੋਂ ਬੀਬੀ ਸਰਜੀਤ ਰੂਪੀ ਦਾ ਕਲ ਸਮਾਨਸਨ ਦਾ ਕੋਟੇ ਕੋਟੇ ਦਾਸ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਗਰੀਬ ਸੰਤ ਦੀ ਮਦਦ ਕਰਦੇ ਹੋ ਅਤੇ ਅਮਰਜੀਤ ਸਿੰਘ ਦਾ ਵੀ ਕੋਟੇ ਕੋਟੇ ਧੰਨਵਾਦ ਕਰਦਾ ਹਾਂ ਬੀਬੀ ਪਾਲੋ ਜੋ ਗਰੀਬ ਸਾਡੇ ਸੰਤਾਂ ਨਾਲ ਸਹਿਯੋਗ ਦਿੰਦੇ ਹਨ ਅਸੀਂ ਇਹਨਾਂ ਦੇ ਰਿਣੀ ਹਾਂ ਜੋ ਲੰਗਰ ਫੁਟਿਆਂਗੇ ਸਰੋਵਰ ਕਰਕੇ ਸੰਗਤਾਂ ਹਰ ਰੋਜ਼ ਰਸ਼ ਬਣਿਆ ਰਹਿੰਦਾ ਹੈ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਜਾ ਦਾਲ ਫੁਲਕੇ ਲਈ ਇਹ ਸੇਵਾ ਕਰਨ ਲੱਗੇ ਨੇ ਮੇਰੇ ਨਾਲ ਸੰਤ ਵੀਰਦਾਸ ਜੀ ਜੋ ਕਿ ਜਮੁਨਾਨਗਰ ਤੋਂ ਹਿਮਾਚਲ ਤੋਂ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਲਿਆ ਕੇ ਇਹ ਗੁਰੂ ਘਰ ਦੀ ਸ਼ੋਭਾ ਚਰਚਰਾ ਕਰਦੇ ਨੇ ਅਮਰਜੀਤ ਸਿੰਘ ਜੀ ਇੰਗਲੈਂਡ ਤੋਂ ਆਏ ਨੇ ਅਸੀਂ ਇਹਨਾਂ ਧੰਨਵਾਦ ਹਾਂ ਸਾਰੀਆਂ ਸੰਗਤਾਂ ਦਾ ਸੰਗਤਾਂ ਨੂੰ ਬੇਨਤੀ ਹੈ ਵੀ ਜੋ ਜਾਲ ਬਣ ਗਿਆ ਹੁਣ ਤੁਸੀਂ ਇਹਦੇ ਅੰਦਰ ਨਹੀਂ ਜਾਣਾ ਬਾਰ ਬਾਰ ਇਸ਼ਨਾਨ ਕਰਨੇ ਆ ਗੁਰੂ ਜੀ ਨੂੰ ਯਾਦ ਕਰਨਾ ਹੈ ਇਸ਼ਨਾਨ ਕਰਨੇ ਆ ਅਤੇ ਨਾਮ ਜਪਣਾ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਈਸ਼ਵਰ ਨਿਰਭੈ ਗੁਰੂ ਰਵਿਦਾਸ ਮਹਾਰਾਜ ਜੋ ਬੋਲੇ ਈਸ਼ਵਰ ਨਿਰਭੈ ਬਾਬਾ